ਨਾ ਕਰਾਂ ਰਿਕਾਰਡ। ਚਲੋ ਜੀ ਕੋਈ ਗੱਲ ਨਹੀਂ, ਹੌਲੀ ਹੌਲੀ ਸਟਾਰਟ ਕਰ ਲਿਓ ਮੇਰੀ ਰਿਕਾਰਡਿੰਗ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ ਜੀ ਦੁਬਾਰਾ ਕਰੋ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਇਸੇ ਜਥੇ ਨੇ ਕਰੋਨਾ ਵਾਇਰਸ ਤੇ ਕਵਿਤਾ ਬੋਲੀ ਹੈ ਤੇ ਬੁਲਾਰੇ ਤੋਂ ਕਈ ਵਾਰੀ ਸ਼ਬਦ ਕੋਈ ਗਲਤ ਨਿਕਲ ਜਾਂਦਾ, ਸਾਰੀ ਸੰਗਤ ਮਾਫ ਕਰਿਓ। ਹੁਣ ਅਗਲੀ ਕਵਿਤਾ ਬੋਲਣ ਲੱਗੇ ਹੈ ਕਿ ਕਰਫਿਊ ਲਗਾ ਤਾ ਸਰਕਾਰ ਨੇ, ਘਰੋਂ ਨਹੀਂ ਬਾਹਰ ਜਾਮਣਾ ਹੁਕਮ ਸਰਕਾਰ ਦਾ। ਇਹ ਕਰਫਿਊ ਦਾ ਦੋ ਫਾਇਦੇ, ਇੱਕ ਫਾਇਦਾ ਇੱਕ ਨੁਕਸਾਨ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੋ ਗੱਲਾਂ ਕਰਕੇ ਤੇ ਕਵਿਤਾ ਪੇਸ਼ ਕਰਾਂਗੇ। ਇਹਦਾ ਫਾਇਦਾ ਕੀ ਹੈ, ਇਹ ਬਿਮਾਰੀ ਨੂੰ ਠੱਲ ਪੈ ਗਈ ਥੋੜ੍ਹੀ ਜੀ, ਇਹ ਤੇ ਮੌਸਮ ਸਾਫ਼ ਹੋ ਗਿਆ। ਅਤੇ ਕਰਫਿਊ ਦਾ ਜਿਹੜਾ ਹੈਗਾ, ਪਹਿਲਾਂ ਹੁਕਮ ਨਹੀਂ ਮੰਨਦੇ ਸੀ ਲੋਕ, ਫਿਰ ਸਖਤਾਈ ਪ੍ਰਸ਼ਾਸਨ ਨੇ ਸਖਤਾਈ ਕਰੀ, ਡਾਂਗ ਫੇਰਨ ਲੱਗ ਗਏ, ਘੁੱਗੂ ਵਜਾਉਣ ਲੱਗ ਗਏ ਅਤੇ ਆਪਣੇ ਹੂਟਰ ਵਜਾਏ, ਦੱਸਿਆ ਅਨਾਊਂਸਮੈਂਟਾਂ ਕਰਕੇ ਬਈ ਭਾਈ ਕਰਫਿਊ ਦਾ ਆਹ ਹੈਗਾ ਹੁਕਮ, ਕਿਸੇ ਨੇ ਘਰੋਂ ਬਾਹਰ ਨਹੀਂ ਜਾਣਾ। ਉਹ ਤੇ ਦੂਜੇ ਪਾਸੇ ਦਾ ਨੁਕਸਾਨ, ਲੋਕਾਂ ਦਾ ਜਿਹੜਾ ਕੰਮ ਸੀ, ਜਿਵੇਂ ਰਾਜ ਮਿਸਤਰੀ ਘਰੇ ਬੈਠੇ ਆ, ਮਜ਼ਦੂਰ ਘਰੇ ਬੈਠੇ ਆ, ਦੁਕਾਨਦਾਰ ਬੰਦ ਕਰੀ ਬੈਠੇ ਦੁਕਾਨਾਂ, ਅਤੇ ਕਿਸੇ ਨੂੰ ਛੇਤੀ ਹਜੇ ਦਵਾਈ ਨਹੀਂ ਮਿਲਦੀ, ਬਹੁਤ ਔਖਾ ਹੋ ਗਿਆ ਇਹ ਕੰਮ ਦਾ, ਅਤੇ ਲੋਕਾਂ ਦਾ ਮੰਦਵਾੜਾ ਹੋ ਗਿਆ। ਉਹ ਬੁੜੀਆਂ ਕਹਿੰਦੀਆਂ ਹੁਣ ਤਾਂ ਸਬਜ਼ੀ ਵਾਲਾ ਭਾਈ ਵੀ ਨਹੀਂ ਆਉਂਦਾ, ਅਤੇ ਸਾਡਾ ਉਹਦੇ ਆਧਾਰ ਸੁਧਾਰ ਚੱਲਦਾ ਜੀ। ਉਹ ਕਵਿਤਾ ਅਸੀਂ ਪੇਸ਼ ਕਰਦਾ ਸਾਡਾ ਦੋਧਰ ਵਾਲਾ ਜੱਥਾ ਸਵਰਗਵਾਸੀ ਇਕਬਾਲ ਸਿੰਘ ਜੀਦਾ ਅਤੇ ਉਹਦੇ ਚੇਲੇ ਭਾਈ ਬਲਰਾਜ ਸਿੰਘ ਦੋਧਰ ਅਤੇ ਆਪਣੇ ਨਿਰਭੈ ਸਿੰਘ ਲੋਪੋ, ਰਾਜ ਸਿੰਘ ਲੋਪੋ ਇੱਕ ਕਵਿਤਾ ਪੇਸ਼ ਕਰਦੇ ਆ। ਦੇਖਾ ਭਲਾ ਕੈਸੇ ਕਰਦੇ ਆ। ਕਰੋਨਾ ਵਾਇਰਸ ਫੈਲ ਗਈ ਕਰਤਾ ਦੁਖੀ ਜਹਾਨ, ਜੀਣੂ ਰੋਗ ਲੱਗ ਗਿਆ ਕਰਦੀ ਖਤਮ ਪ੍ਰਾਣ। ਉਹ ਕਹਿੰਦਾ ਪ੍ਰਧਾਨ ਮੰਤਰੀ ਭਾਰਤ ਦੇ ਦੇਸ਼ ਦਾ ਅਜੇ ਕੋਈ ਹੱਲ ਨਹੀਂ ਹੋਇਆ, ਬਿਮਾਰੀ ਫਿਰ ਇਸ ਦਾ ਬਚਦਾ ਨਹੀਂ ਜੀਵ ਵਿਚਾਰਾ, ਡੰਗਿਆ ਜੋ ਸ਼ੇਸ਼ ਦਾ ਕੁਦਰਤ ਨੇ ਕਰੀ ਕਰੋਫੀ, ਸਭ ਨੂੰ ਸਮਝਾਤਾ ਹੈ ਘਰੋਂ ਨਹੀਂ ਬਾਹਰ ਜਾਮਣਾ, ਕਰਫਿਊ ਉੱਪਰੋਂ ਨਹੀਂ ਬਾਹਰ ਜਾਮਣਾ, ਕਰਫਿਊ ਲਗਾਤਾ ਹੈ ਘਰੋਂ ਨਹੀਂ ਬਾਹਰ ਜਾਮਣਾ। ਉਹ ਕਰਾਈਆਂ ਹੈ ਆਪ ਦੁਕਾਨਾਂ, ਪੁਲਿਸ ਨੇ ਬੰਦ ਕੁੜੇ, ਪੈਸਾ ਕੋਈ ਹੈ ਨਹੀਂ ਕੋਲੇ, ਸਮਾਂ ਹੈ ਮੰਦ ਕੁੜੇ, ਆਉਂਦਾ ਨਹੀਂ ਸਬਜ਼ੀ ਵਾਲਾ ਪਾਈ ਹੁਣ ਨੰਦ ਕੁੜੇ, ਆਉਂਦੇ ਨਾ ਬਣਜ ਸੀ ਸਾਡਾ ਨਗਦ ਆਧਾਰ ਦਾ, ਘਰੋਂ ਨਹੀਂ ਬਾਹਰ ਜਾਮਣਾ ਹੁਕਮ ਸਰਕਾਰ ਦਾ, ਘਰੋਂ ਨਹੀਂ ਬਾਹਰ ਜਾਮਣਾ। ਉਹ ਖੜਦੇ ਜਦ ਮੁੰਡੇ ਛੜਕਦੇ ਘਰਾਂ ਚੋਂ ਆ ਜਾ ਕੇ ਹੈ, ਪੁਲਿਸ ਬਾਹਰ ਆਉਂਦੀ ਡੰਗ ਮੁੰਡਿਆਂ ਤੇ ਆ ਕੇ ਹੈ, ਉਹ ਸਾਰਿਆਂ ਨੂੰ ਘਰੇ ਬਾਹਰ ਦੀ ਪੁਲਿਸ ਭਜਾ ਕੇ ਹੈ, ਕਹਿੰਦੇ ਮੁੱਖ ਬੰਨ ਕੇ ਰੱਖੋ ਸਾਰੇ ਨਰ ਨਾਰੀ ਹੈ, ਫੈਲੀ ਕਰੋਨਾ ਵਾਇਰਸ ਚੰਦਰੀ ਬਿਮਾਰੀ ਹੈ, ਉਹ ਫੈਲੀ ਕਰੋਨਾ ਵਾਇਰਸ। ਉਹ 14 ਅਪ੍ਰੈਲ ਸੁਣੀ ਸੀ ਕਰਫਿਊ ਦੀ ਡੇਟ ਹੈ, ਆਲੂ ਤੇ ਮਟਰ ਗਾਜਰਾਂ ਵੱਜ ਗਏ ਸਭ ਰੇਟ ਹੈ, ਅਦਰਕ ਤੇ ਮਿਰਚ ਟਮਾਟਰ ਚੜ ਗਏ ਹੁਣ ਪੇਟ ਹੈ, ਖੜ ਗਿਆ ਹੈ ਸੇਠ ਕੈਮ ਦੇ ਕੰਮ ਵਪਾਰ ਦਾ, ਘਰੋਂ ਨਹੀਂ ਬਾਹਰ ਜਾਮਣਾ ਹੁਕਮ ਸਰਕਾਰ ਦਾ, ਘਰੋਂ ਨਹੀਂ ਬਾਹਰ ਜਾਮਣਾ। ਉਹ ਮੋਟਰ ਤੇ ਕਾਰ ਛੜਕਦੇ ਦਿੰਦੇ ਨਹੀਂ ਚੜਨ ਹੈ, ਨਾਕਿਆਂ ਤੇ ਮੋਟਰਸਾਈਕਲ ਲਾਗੇ ਹੁਣ ਫੜਨ ਹੈ, ਕਈਆਂ ਤੇ ਕਰਦੇ ਪਰਚੇ ਲਾਗੇ ਸਭ ਡਰਨ ਹੈ, ਪਿੰਡਾਂ ਵਿੱਚ ਲੱਗੇ ਕੈਮਰੇ ਉਹ ਦੱਸਦੇ ਕੰਪਿਊਟਰ ਹੈ, ਫਿਰਦੀ ਹੈ ਪੁਲਿਸ ਵਜਾਉਂਦੀ ਗੱਡੀਆਂ ਤੇ ਹੂਟਰ ਹੈ, ਉਹ ਫਿਰਦੀ ਹੈ ਪੁਲਿਸ ਵਜਾਉਂਦੀ। ਘਰਾਂ ਵਿੱਚ ਰਾਜ ਮਿਸਤਰੀ ਬੈਠੇ ਸਭ ਵੇਲੇ ਹੈ, ਕਰਤੇ ਮਜ਼ਦੂਰ ਨਕਾਰੇ ਪੈਸੇ ਨਾ ਧੇਲੇ ਹੈ, ਖੇਤਾਂ ਵਿੱਚ ਰੁਲਦੇ ਆਲੂ ਕੁਦਰਤ ਦੇ ਖੇਲੇ ਹੈ, ਖੜ ਗਿਆ ਹੈ ਕੰਮ ਮੋਚੀ ਦਾ ਰੰਬੀ ਤੇ ਆਰ ਦਾ, ਘਰੋਂ ਨਹੀਂ ਬਾਹਰ ਜਾਮਣਾ ਹੁਕਮ ਸਰਕਾਰ ਦਾ, ਘਰੋਂ ਨਹੀਂ ਬਾਹਰ ਜਾਮਣਾ। ਉਹ ਲੋਕਾਂ ਦਾ ਲੱਕ ਤੋੜਦਾ ਇਸ ਮਗਿਆਈ ਨੇ, ਦੇਣੀ ਆਧਾਰ ਹੀ ਹੁਣ ਚੀਜ਼ ਹਲਵਾਈ ਨੇ,
करिया सब बंद दुकान वेले सब नाई ने ओ देना सरकार ने खाना सारिया नू चोटी दा खात्या विच आने पैसे फिकर नहीं रोटी दा ओ खात्या विच आने पैसे ओ निर्मल सिंह रागी दा उधर राग भी कर गया है चंदरी बामारी दे नाल ओ भी फिर मर गया है नाल दे साथी जेड़े शक्की जे कर गया है दसदा है टीवी रौला पै गया शिकार करोनी बार जामना हुक्म सरकार दा करोनी बार जामना ओ ज्ञानी दा करके हो गया दौदर पंडसील है जांदी ए फैल बीमारी मीला दे मील है सारिया नू हाथ बन के मेरी अपील है कठे ना खड़ो भरावो संकट ए पारा है बीमारी तो बचन वास्ते एहो ही चारा है बीमारी तो बचन वास्ते पिंडां विच लगदे पैरे दिन ते फिर रात नू प्रशासन ने वरती शक्ती देख हालात नू रात दा पैरा हुंदा खत्म प्रभात नू चौंदी सरकार है सारे भला सर संसार दा करोनी बार जामना हुक्म सरकार दा करोनी बार जामना ओ कुदरत नाल छेड़छाड़ जो कर दे बगियानी है आई ना समझ किसे नू मर्ज तफानी है गिनती नी मर गए किन्ने पुरशे जे नानी है ओ राकी राकी को विशर डाडी संत महान जी हट जू बीमारी कृपा करे भगवान जी ओ हटू बीमारी फेर ओ तैनू बलराज बनाता मस्त ने शहर है मोगा जगराओ नेड़े दौदर दे शहर है रब ते फिर अतदा हुंदा बैर है जीदा मशहूर पिंड है शहर अखबार दा करोनी बार जामना ओ सरकार दा ओ करोनी बार जामना वाहेगुरु जी का खालसा वाहेगुरु जी की फतेह।